ਬਾਈ ਤੁਸੀਂ ਦੋਨੋਂ ਪੂਰੇ ਪੰਜਾਬ ਦਾ ਬਹੁਤ ਵੱਡਾ ਐਗਜ਼ਾਮਪਲ ਹੋ, ਜਿਹਨਾਂ ਨਾਲ ਜ਼ਿੰਦਗੀ 'ਚ ਬਹੁਤ ਕੁਛ ਹੋਇਆ, ਬੜੇ ਧੱਕੇ ਹੋਏ, ਬਹੁਤ ਨਾ ਇਨਸਾਫ਼ੀ ਹੋਈ। ਨਵਦੀਪ ਹੁਣੇ ਹੁਣੇ ਤੁਸੀਂ ਦੇਖਿਆ ਜੇਲ੍ਹ 'ਚੋਂ ਆਇਆ, ਛੱਤਰ ਵੀ ਚੱਲਿਆ, ਹੈ ਨਾ, ਅਸੀਂ ਤੁਹਾਡੇ ਸਾਹਮਣੇ ਖੜ੍ਹੇ ਹਾਂ, ਸਾਡੇ ਪਿੱਛੇ ਅਰਦਾਸ ਸੀ, ਸਾਡੀਆਂ ਮਾਵਾਂ, ਸਾਡੀਆਂ ਭੈਣਾਂ, ਸਾਡੇ ਬਜ਼ੁਰਗ ਇੰਨੇ ਕਰਦੇ ਨੇ ਵੀ ਸਾਨੂੰ ਬਚਾ ਕੇ ਰੱਖ ਦਿਓ ਅਰਦਾਸ, ਹੈ ਨਾ। ਆਪਾਂ ਜ਼ਿੰਦਗੀ 'ਚ ਵੀ ਦੇਖਦੇ ਹਾਂ ਵੀ ਹਰ ਰਾਤ ਬਾਅਦ ਦਿਨ ਆਉਂਦਾ ਅਤੇ ਦੁੱਖ ਬਾਅਦ ਸੁੱਖ ਆਉਂਦਾ, ਸਵਈ ਹੁੰਦਾ, ਜ਼ਿੰਦਗੀ ਦੁੱਖਾਂ ਸੁੱਖਾਂ ਦਾ ਸੁਮੇਲ ਆ, ਚੱਲਦੀ ਰਹਿੰਦੀ ਆ। ਕਿ ਜਿਹੜੀ ਇਹ ਦਸਤਾਰ ਹੈ ਇਹਦਾ ਕਿੰਨਾ ਕੁ ਸੈਲਫ ਪ੍ਰਾਊਡ ਹੈਗਾ ਆ, ਵੀ ਸਾਨੂੰ ਐਂ ਲੱਗਦਾ ਕਿ ਜਿਹੜੀ ਗੁਰੂਆਂ ਦੀ ਇਹ ਦਿੱਤੀ ਦਾਤ ਹੈਗੀ ਆ, ਉਹਦੇ ਹੁਕਮ ਦੇ ਨਾਲ ਜਿਹੜੀ ਆਪਾਂ ਸਿਰ 'ਤੇ ਸਜਾਉਂਦੇ ਹਾਂ, ਹਰ ਵੇਲੇ ਸਾਨੂੰ ਇਹ ਦਸਤਾਰ ਯਾਦ ਦਵਾਉਂਦੀ ਹੈ ਕਿ ਅਸੀਂ ਉੱਠੀਏ, ਲੜੀਏ, ਹੱਕ ਵਾਸਤੇ ਲੜੀਏ। ਇਹ ਸਾਨੂੰ ਲੜਨਾ ਸਿਖਾਉਂਦੀ ਆ, ਸਾਨੂੰ ਆਪਣੇ ਹੱਕਾਂ ਪਿੱਛੇ ਖੜਨਾ ਸਿਖਾਉਂਦੀ ਆ, ਸਾਨੂੰ ਮਰਨਾ, ਕਿਉਂਕਿ ਸਾਡੀ ਕੌਮ ਤਾਂ ਲੜਨ ਖੜਨ ਮਰਨ ਵਾਸਤੇ, ਕੁਰਬਾਨੀਆਂ ਦੇਣ ਵਾਸਤੇ ਬਣੀ ਹੋਈ ਆ, ਇਹ ਸਾਨੂੰ ਦੂਜਿਆਂ ਲਈ ਜਿਉਣਾ ਸਿਖਾਉਂਦੀ ਹੈ। ਮੇਰੇ ਖਿਆਲ ਤੋਂ ਬਈ ਮੈਂ ਹੁਣੇ ਬਾਈ ਨਾਲ ਗੱਲ ਕਰ ਰਿਹਾ ਸੀਗਾ, ਮੈਂ ਕਿਹਾ ਦੂਜੀ ਇੱਦਾਂ ਦੀ ਫਿਲਮ ਆ ਪੰਜਾਬ ਦੀ ਜਿਹਨੇ ਲੋਕਾਂ ਨੂੰ ਰੋਣ ਲਾ ਤਾ, ਹੈ ਨਾ, ਵੀ ਹਰ ਕੋਈ ਇਨਸਾਨ ਬਈ ਰੋਇਆ ਹੀ ਹੈ ਇਹ ਫਿਲਮ ਦੇਖ ਕੇ, ਅਰਦਾਸ ਸੁਣ ਕੇ ਗੂਸ ਬੰਪਸ ਖੜ੍ਹੇ ਹੋਏ ਆ, ਹੈ ਨਾ, ਅਤੇ ਕਿਉਂਕਿ ਥੀਏਟਰ ਵਿੱਚ ਸਿਨੇਮਾ ਵਿੱਚ ਇਮੋਸ਼ਨ ਜੁੜ ਜਾਂਦੇ ਆ, ਬਈ ਤੁਹਾਨੂੰ ਕਿਵੇਂ ਦੀ ਲੱਗੀ ਫਿਲਮ? ਲੋਕ ਨਾ ਦਰਅਸਲ ਰੋਣਾ ਵੀ ਭੁੱਲ ਗਏ, ਹੱਸਣਾ ਵੀ ਭੁੱਲ ਗਏ, ਜਜ਼ਬਾਤ ਜੇ ਲੋਕਾਂ ਦੇ ਮਰ ਗਏ ਆ। ਇਸ ਫਿਲਮ 'ਚ ਇੱਕ ਵਾਰੀ ਨਹੀਂ, ਕਈ ਵਾਰੀ ਜਿੰਨੇ ਬੰਦੇ ਬੈਠੇ ਆ ਅੰਦਰ ਦੇਖ ਰਹੇ ਆ, ਹੈ ਨਾ, ਕਈ ਵਾਰੀ ਰੋਏ ਹੋਣੇ। ਇਹ ਬਾ ਕਮਾਲ ਫਿਲਮ ਹੈ। ਮੈਂ ਫਿਲਮਾਂ ਅੱਜ ਕੱਲ੍ਹ ਬਹੁਤ ਘੱਟ ਦੇਖਦਾ, ਪਹਿਲਾਂ ਸਕੂਲ ਟਾਈਮ ਦੇਖਦੇ ਹੁੰਦੇ ਸੀਗੇ, ਪਰ ਇਹ ਫਿਲਮ ਦੇਖ ਕੇ ਲੱਗਿਆ ਕਿ ਇਹੋ ਜਿਹੇ ਵਿਸ਼ਿਆਂ 'ਤੇ ਫਿਲਮਾਂ ਬਣਨੀਆਂ ਚਾਹੀਦੀਆਂ। ਇਹ ਇੱਕ ਉਹ ਫਿਲਮ ਹੈ ਜਿਹੜੀ ਜਿਹੜੇ ਸਾਡੇ ਅੱਜ ਰਿਸ਼ਤੇ ਪਰਿਵਾਰਾਂ ਦੇ ਟੁੱਟਦੇ ਜਾ ਰਹੇ ਨੇ, ਕਿਵੇਂ ਅਸੀਂ ਪੈਸੇ ਦੀ ਦੌੜ ਦੇ ਵਿੱਚ ਮੋਹ ਤੋੜ ਹੋ ਚੁੱਕੇ ਹਾਂ, ਹੈ ਨਾ, ਅਸੀਂ ਜ਼ਿੰਦਗੀ ਜਿਉਣਾ ਭੁੱਲ ਚੁੱਕੇ ਹਾਂ, ਅਸੀਂ ਆਪਣੇ ਮਾਂ ਪਿਓ ਨਾਲੋਂ, ਆਪਣੇ ਆਲੇ ਦੁਆਲੇ ਨਾਲੋਂ, ਆਪਣੇ ਯਾਰਾਂ ਮਿੱਤਰਾਂ ਕੋਲੋਂ, ਆਪਣੇ ਸਕੇ ਸੰਬੰਧੀਆਂ ਕੋਲੋਂ ਦੂਰ ਹੁੰਦੇ ਤੁਰੇ ਜਾ ਰਹੇ ਹਾਂ। ਸੋ ਇਹ ਫਿਲਮ ਜੋੜਦੀ ਆ, ਦੱਸਦੀ ਆ ਵੀ ਰਿਸ਼ਤਿਆਂ ਦੀ ਅਹਿਮੀਅਤ ਜ਼ਿੰਦਗੀ 'ਚ ਕੀ ਹੁੰਦੀ ਆ। ਸੋ ਇਸ ਕਰਕੇ ਬੜੀ ਕਮਾਲ ਦੀ ਫਿਲਮ ਆ, ਸਾਰੇ ਕਲਾਕਾਰਾਂ ਨੇ ਬਹੁਤ ਵਧੀਆ ਕੰਮ ਕੀਤਾ, ਖਾਸ ਤੌਰ 'ਤੇ ਜੇ ਮੈਂ ਗੱਲ ਕਰਾਂ ਗੁਰਪ੍ਰੀਤ ਘੁੱਗੀ ਦੀ, ਸਰਦਾਰ ਸੋਹੀ ਦੀ, ਜਾਂ ਗਿੱਪੀ ਗਰੇਵਾਲ ਦੀ, ਜਾਂ ਹੋਰ ਜਿੰਨੇ ਵੀ ਕਲਾਕਾਰ ਨੇ, ਬਹੁਤ ਵਧੀਆ ਕਮਾਲ ਦੀ ਇਹਨਾਂ ਨੇ ਕਲਾਕਾਰੀ ਕੀਤੀ ਆ। ਬਾਕੀ ਮੈਂ ਅਪੀਲ ਕਰਦਾ ਯਾਰ ਵੀ ਇਹੋ ਜਿਹੇ ਵਿਸ਼ਿਆਂ ਦੇ ਉੱਤੇ ਜਿਹੜੀਆਂ ਫਿਲਮਾਂ ਬਣਦੀਆਂ ਨੇ ਨਾ, ਇਹ ਫਿਲਮਾਂ ਸੁਪਰ ਡੁਪਰ ਹਿੱਟ ਹੋਣੀਆਂ ਚਾਹੀਦੀਆਂ, ਤਾਂ ਕਿ ਜਿਹੜੇ ਡਾਇਰੈਕਟਰ ਪ੍ਰੋਡਿਊਸਰ ਨੇ, ਕਲਾਕਾਰ ਐਕਟਰ ਨੇ, ਉਹਨਾਂ ਦਾ ਹੌਸਲਾ ਵਧੇ ਵੀ ਸਾਨੂੰ ਇਹੋ ਜਿਹੇ ਵਿਸ਼ਿਆਂ 'ਤੇ ਫਿਲਮਾਂ ਬਣਾਉਣ ਦੀ ਲੋੜ ਆ, ਕਿਉਂਕਿ ਇਹ ਫਿਲਮਾਂ ਸਮਾਜ ਨੂੰ, ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਬਹੁਤ ਕੁਝ ਸਿਖਾਉਂਦੀਆਂ ਨੇ। ਮੈਂ ਤਾਂ ਇਹ ਵੀ ਕਹਿਣਾ ਵੀ ਯਾਰ ਸਾਨੂੰ ਸਾਡੇ ਕਿੰਨੇ ਯੋਧਿਆਂ ਦੇ ਉੱਤੇ ਹਲੇ ਕੰਮ ਕਰਨਾ ਬਾਕੀ ਪਿਆ, ਹਰੀ ਸਿੰਘ ਨਲੂਏ ਦੇ ਉੱਤੇ, ਬਾਬਾ ਬੰਦਾ ਸਿੰਘ ਬਹਾਦਰ ਦੇ ਉੱਤੇ, ਸ਼ੇਰੇ ਪੰਜਾਬ ਦੇ ਸਮੁੱਚੇ ਰਾਜ ਦੇ ਉੱਤੇ, ਮਿਸਲਾਂ ਦਾ ਕਾਲ ਕਿਹੋ ਜਿਹਾ ਸੀਗਾ, ਹੈ ਨਾ, ਉਹ ਸਾਰਾ ਬੜਾ ਕੁਛ ਪਿਆ। ਸੋ ਜੇ ਅਸੀਂ ਇਹੋ ਜਿਹੀਆਂ ਫਿਲਮਾਂ ਨੂੰ ਹਿੱਟ ਕਰਾਂਗੇ, ਦੇਖਾਂਗੇ, ਨਾਲ ਤਾਂ ਸਿੱਖਿਆ ਬਹੁਤ ਮਿਲਦੀ ਹੈ, ਅਸੀਂ ਬਹੁਤ ਕੁਛ ਸਿੱਖਦੇ ਵੀ ਹਾਂ ਅਤੇ ਜੁੜਦੇ ਵੀ ਹਾਂ, ਅਤੇ ਨਾਲੇ ਅਸੀਂ ਇਹ ਜਿਹੜੇ ਇਹਨਾਂ ਦੇ ਕਲਾਕਾਰ ਹੁੰਦੇ ਨੇ, ਜਿਹੜੇ ਪਹਿਲ ਆਉਣ ਵਾਲੇ ਪ੍ਰੋਡਿਊਸਰ ਹੁੰਦੇ ਨੇ, ਉਹਨਾਂ ਦਾ ਹੌਸਲਾ ਵੱਧਦਾ ਵੀ ਹਾਂ ਯਾਰ ਸਾਡੀ ਉਸ ਵਿਸ਼ੇ 'ਤੇ ਬਣਾਈ ਹੋਈ ਫਿਲਮ ਹਿੱਟ ਹੋ ਗਈ, ਅਸੀਂ ਹੋਰ ਬਣਾਈਏ। ਸੋ ਇਹਨਾਂ ਨੂੰ ਵੀ ਹੌਸਲਾ ਮਿਲਦਾ, ਸਾਨੂੰ ਵੀ ਇਹਦਾ ਦੂਰਾ ਫਾਇਦਾ ਹੁੰਦਾ। ਇਸ ਕਰਕੇ ਮੈਂ ਅਪੀਲ ਕਰਦਾ ਕਿ ਵੱਧ ਤੋਂ ਵੱਧ 13 ਤਰੀਕ ਨੂੰ ਇਹ ਫਿਲਮ ਜਿਹੜੀ ਉਹ ਲੱਗਣ ਜਾ ਰਹੀ ਹੈ ਸਿਨੇਮਾ ਘਰਾਂ ਦੇ ਵਿੱਚ, ਤੁਸੀਂ ਆਪਣੇ ਜਵਾਕਾਂ ਨੂੰ, ਕਿਉਂਕਿ ਜਵਾਕ ਜਿਵੇਂ ਮੋਬਾਈਲ ਨਾਲ ਜੁੜ ਰਹੇ ਆ ਨਾ, ਅਤੇ ਮੋਬਾਈਲ ਨਾਲ ਜੁੜ ਕੇ ਮੋਹ ਤੋੜ ਹੋ ਗਏ ਜਵਾਕ, ਮਾਂ ਪਰ ਦੂਰ ਹੁੰਦੇ ਤੁਰੇ ਜਾ ਰਿਹਾ, ਉਹ ਚੀਜ਼ ਜ਼ਰੂਰ ਜਵਾਕਾਂ ਨੂੰ ਸਿਖਾਊਗੀ, ਜਵਾਕਾਂ ਨੂੰ ਨਾਲ ਲੈ ਕੇ ਆਇਆ। ਇੱਕ ਚੀਜ਼ ਨਾ ਮੈਨੂੰ ਬਾਈ ਯਾਦ ਆਈ ਆ, ਤੁਹਾਨੂੰ ਦੋਨਾਂ ਨੇ ਇਸ ਪ੍ਰੀਮੀਅਰ 'ਤੇ ਦੇਖਿਆ, ਮੈਂ ਬਹੁਤ ਟਾਈਮ ਤੋਂ ਦੇਖ ਰਿਹਾ ਸੀਗਾ, ਜਿਹੜਾ ਫਿਲਮ ਦਾ ਵਿਸ਼ੇ ਆ ਨਾ ਬਾਈ,
ਜ਼ਿੰਦਗੀ 'ਚ ਲੱਖ ਤੁਹਾਡੇ ਨਾਲ ਧੱਕਾ ਹੋ ਜਾਵੇ, ਲੱਖ ਤੁਹਾਡੇ ਨਾਲ ਜੋ ਮਰਜ਼ੀ ਮਾੜੀ ਹੋ ਜਾਵੇ, ਕੋਈ ਇਨਸਾਨ ਕਰ ਦੇਵੇ, ਉਹਨੂੰ ਰੱਬ ਦਾ ਕਰਮ ਕਹਿ ਲਓ, ਪਰ ਤੁਸੀਂ ਕਦੀ ਡੋਲਣਾ ਨਹੀਂ। ਬਈ ਤੁਸੀਂ ਦੋਨੋਂ ਪੂਰੇ ਪੰਜਾਬ ਦਾ ਬਹੁਤ ਵੱਡਾ ਐਗਜ਼ਾਮਪਲ ਹੋ, ਜਿਹਨਾਂ ਨਾਲ ਜ਼ਿੰਦਗੀ 'ਚ ਬਹੁਤ ਕੁਛ ਹੋਇਆ, ਬੜੇ ਧੱਕੇ ਹੋਏ, ਬਹੁਤ ਨਾਇਨਸਾਫੀ ਹੋਈ, ਤਾਂ ਮੈਂ ਨਾ ਇਹ ਜਿਹੜਾ ਧੱਕਾ ਹੋਇਆ ਉਸ ਤੋਂ ਬਾਅਦ ਜਿਹੜਾ ਆਪਣੇ ਅੰਦਰ ਠਹਿਰਾਵ ਆਇਆ ਜਾਂ ਜਿਹੜਾ ਆਪਣੇ ਅੰਦਰ ਸਬਰ ਆਇਆ ਜਾਂ ਜਿਹੜਾ ਧੱਕਾ ਸਹਿ ਕੇ ਤੁਹਾਨੂੰ ਸਿੱਖ ਮਿਲੀ ਆ, ਇਹ ਵੀਰੇ ਤੁਸੀਂ ਸਿੱਖ ਨੂੰ ਕਿਵੇਂ ਲਿਆ? ਲੋਕਾਂ ਦਾ ਹੁੰਗਾਰਾ ਲਿਆ ਜਾਂ ਉਸ ਰੱਬ ਦਾ ਕੋਈ ਕਰਮ ਲਿਆ ਆ? ਨਵਦੀਪ ਵੀਰੇ ਤੁਹਾਡੇ ਕੋਲ ਬਿਲਕੁਲ, ਦੇਖੋ ਅੱਜ ਅਸੀਂ ਫਿਲਮ ਦੇਖਣ ਆਏ ਅਰਦਾਸ, ਹੈ ਨਾ, ਸਰਬੱਤ ਦੇ ਭਲੇ ਦੀ ਅਰਦਾਸ। ਬਾਬਾ ਜੀ ਅਸੀਂ ਤਾਂ ਖੜੇ ਅਰਦਾਸ ਕਰਕੇ ਹਾਂ, ਜੇ ਅਸੀਂ ਤੁਹਾਡੇ ਸਾਹਮਣੇ ਖੜੇ ਹਾਂ, ਸਾਡੇ ਪਿੱਛੇ ਅਰਦਾਸ ਹੀ, ਸਾਡੀਆਂ ਮਾਵਾਂ, ਸਾਡੀਆਂ ਭੈਣਾਂ, ਸਾਡੇ ਬਜ਼ੁਰਗ ਇੰਨੇ ਕਰਦੇ ਨੇ ਵੀ ਸਾਨੂੰ ਬਚਾ ਕੇ ਰੱਖ ਦਿਓ ਅਰਦਾਸ, ਹੈ ਨਾ। ਇੱਕ ਸੱਚੀ ਸੁੱਚੀ ਕਰੀ ਹੋਈ ਅਰਦਾਸ ਹੋਮੇ ਨੂੰ ਛੱਡ ਕੇ ਨਿਮਰਤਾ ਨਾਲ ਇਹ ਸਾਰੀ ਚੀਜ਼ਾਂ ਨੂੰ ਆਪਣੇ ਆਪਾਂ ਗੁਰੂ ਨੂੰ ਸੌਂਪ ਕੇ, ਹੈ ਨਾ, ਕੀਤੀ ਹੋਈ ਅਰਦਾਸ ਤੁਹਾਡੀ ਕੂਲਾਂ ਨੂੰ ਉਤਾਰ ਸਕਦੀ ਹੈ ਨਾ। ਅਰਦਾਸ ਦੀ ਇੰਨੀ ਵੱਡੀ ਤਾਕਤ ਹੁੰਦੀ ਹੈ, ਅਸੀਂ ਤਾਂ ਅਰਦਾਸ ਦੀ ਬਦੌਲਤ ਅੱਜ ਖੜੇ ਹਾਂ। ਅਤੇ ਬਹੁਤ ਸੋਹਣਾ ਮੈਸੇਜ ਸਾਨੂੰ ਇਸ ਫਿਲਮ ਦੇ ਅੰਦਰ ਮਿਲਿਆ ਵੀ ਕਿਵੇਂ ਅਸੀਂ ਜ਼ਿੰਦਗੀ ਦੀ ਇੱਕ ਸਪੀਡ ਨਾਲ ਭੱਜ ਰਹੇ ਹਾਂ, ਹੈ ਨਾ, ਔਰ ਉਹਦੇ ਪਿੱਛੇ ਲੱਗ ਕੇ ਆਪਾਂ ਆਪਣੇ ਪਰਿਵਾਰਾਂ ਤੋਂ ਕਿਵੇਂ ਦੂਰ ਹੋ ਰਹੇ ਹਾਂ, ਮੋਹ ਮਾਇਆ ਦੇ ਚੱਕਰ 'ਚ ਪੈ ਗਏ ਨੇ, ਕਿਵੇਂ ਮਾੜੇ ਕਰਮ ਕਰ ਰਹੇ ਹਾਂ, ਵੀ ਅਸੀਂ ਅੱਛੇ ਕਰਮਾਂ 'ਤੇ ਲੱਗੀਏ, ਹੈ ਨਾ, ਅਤੇ ਆਪਣੇ ਪਰਿਵਾਰਾਂ ਨਾਲ ਜੁੜ ਕੇ ਰਹੀਏ, ਜ਼ਿਆਦਾ ਸਿਆਣੇ ਨਾ ਬਣੀਏ, ਹੈ ਨਾ। ਵੀ ਅਸੀਂ ਦੇਖ ਰਹੇ ਹਾਂ ਵੀ ਅੱਜ ਸਾਡੇ ਕੋਲ ਫੋਨ ਹੋ ਗਏ, ਅਸੀਂ ਸਾਰਾ ਹਰ ਇੱਕ ਬੰਦਾ ਸੋਚਦਾ ਵੀ ਮੈਂ ਸਿਆਣਾ, ਇਹ ਬਜ਼ੁਰਗਾਂ ਦੀ ਕੋਈ ਵੈਲਿਊ ਨਹੀਂ ਹੈਗੀ, ਇਹਨਾਂ ਨੂੰ ਕੀ ਪਤਾ, ਹੈ ਨਾ, ਇਹ ਪਤਾ ਇਹਨਾਂ ਨੇ ਜ਼ਿੰਦਗੀ ਦੇ ਐਕਸਪੀਰੀਅੰਸ ਦੇਖੇ ਹੋਏ ਨੇ, ਹੈ ਨਾ, ਇਹ ਪਰਿਵਾਰ ਨੂੰ ਜੋੜ ਕੇ ਰੱਖਦੇ ਨੇ, ਹੈ ਨਾ। ਇਹ ਫਿਲਮ ਸਾਨੂੰ ਸਿਖਾਉਂਦੀ ਹੈ ਵੀ ਕਿਵੇਂ ਪਰਿਵਾਰਾਂ ਨਾਲ ਜੁੜ ਕੇ ਰਹੀਏ, ਕਿਵੇਂ ਜ਼ਿੰਦਗੀ ਜੀਣੀ ਆ, ਕਿਵੇਂ ਆਪਣੇ ਲਈ ਜੀਣੀ ਆ, ਕਿਵੇਂ ਪਰਿਵਾਰ ਲਈ ਜੀਣੀ ਆ, ਕਿਵੇਂ ਸਮਾਜ ਲਈ ਜੀਣੀ, ਹੈ ਨਾ, ਇਹ ਜ਼ਿੰਦਗੀ ਜਿਉਣਾ ਸਿਖਾਉਂਦੀ ਹੈ ਫਿਲਮ, ਹੈ ਨਾ। ਅਤੇ ਸਾਰਿਆਂ ਨੂੰ ਜ਼ਰੂਰ ਦੇਖਣੀ ਚਾਹੀਦੀ ਹੈ, ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਉਣੀ ਚਾਹੀਦੀ ਹੈ ਨਾ, ਸਾਡੀਆਂ ਮਾਵਾਂ ਨੂੰ, ਭੈਣਾਂ ਨੂੰ, ਪਰਿਵਾਰਾਂ ਨਾਲ ਆ ਕੇ ਫਿਲਮ, ਅਤੇ ਇਹੋ ਜਿਹੀਆਂ ਫਿਲਮਾਂ ਬਣਦੀਆਂ ਵੀ ਰਹਿਣੀਆਂ ਚਾਹੀਦੀਆਂ, ਜਿਹੜੇ ਪਰਿਵਾਰਾਂ 'ਤੇ ਬਣੇ, ਜਿਹੜੇ ਸਾਨੂੰ ਆਪਣੇ ਗੁਰੂ ਨਾਲ ਜੁੜੇ, ਕਿਉਂਕਿ ਸਾਨੂੰ ਗੁਰੂ ਰਾਮਦਾਸ ਮਹਾਰਾਜ ਜੀ ਨੇ ਹਰਿਮੰਦਰ ਸਾਹਿਬ ਦਿੱਤਾ, ਠੀਕ ਹੈ, ਸਾਨੂੰ 5 ਤਖਤ ਦਿੱਤੇ ਹੋਏ ਨੇ, ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਹੈਗੀ, ਸਾਡੇ ਤਨ ਦੇ ਰੋਗ, ਸਾਡੇ ਮਨ ਦੇ ਰੋਗ, ਸਾਡੇ ਤਖਤਾਂ ਨੇ ਦੂਰ ਕਰਨੇ ਨੇ, ਹਰਿਮੰਦਰ ਸਾਹਿਬ ਨੇ ਦੂਰ ਕਰਨੇ ਨੇ, ਵੀ ਉੱਥੇ ਜਾ ਕੇ ਨਤਮਸਤਕ ਹੋਈਏ, ਕਿਉਂਕਿ ਦੁੱਖ ਸੁੱਖ ਜ਼ਿੰਦਗੀ ਦੇ ਅੰਦਰ ਲਿਖੇ ਹੋਏ ਨੇ, ਹੈ ਨਾ, ਕਦੇ ਵੀ ਹਾਰਨਾ ਨਹੀਂ ਬੰਦੇ ਨੂੰ ਚਾਹੀਦਾ। ਜਦੋਂ ਜਿਵੇਂ ਮੈਂ ਕਿਹਾ, ਹੈ ਨਾ, ਵੀ ਜਦੋਂ ਨਾ ਇਨਸਾਫੀ ਖੁਦ ਨਾਲ ਹੁੰਦੀ ਆ, ਉਸ ਟਾਈਮ ਬਈ ਲੱਖੇ ਵੀਰੇ ਇੱਦਾਂ ਫੀਲ ਹੁੰਦਾ ਆ ਵੀ ਕੋਈ ਗੱਲ ਨਹੀਂ, ਜਿੰਨੀ ਮਰਜ਼ੀ ਹੋ ਜਾਵੇ, ਸਾਨੂੰ ਪਤਾ ਕਿ ਰੱਬ ਦੇ ਘਰੇ ਦੇਰ ਆ ਅੰਧੇਰ ਨਹੀਂ ਹੈਗਾ, ਰੱਬ ਆਪਣੇ ਨਾਲ ਚੰਗੀ ਜ਼ਰੂਰ ਕਰੋ। ਅਸੀਂ ਉਹਨਾਂ ਯੋਧਿਆਂ ਦੇ ਵਾਰਸ ਹਾਂ, ਉਹਨਾਂ ਦਾ ਖੂਨ ਆ, ਜਿਹੜੇ ਤੱਤੀ ਤਵੀ 'ਤੇ ਬਹਿ ਕੇ ਵੀ ਅਰਦਾਸ ਕਰਦੇ ਸੀ। ਸੋ ਜਿਵੇਂ ਨਵਦੀਪ ਹੁਣੇ ਤੁਸੀਂ ਦੇਖਿਆ ਜੇਲ੍ਹ 'ਚੋਂ ਆਇਆ, ਛੱਤਰ ਵੀ ਝੱਲਿਆ, ਹੈ ਨਾ, ਪਰ ਉਹ ਜਿਹੇ ਸਮੇਂ ਸਾਨੂੰ ਇਹ ਜਿਹੀਆਂ ਫਿਲਮਾਂ ਇਹੀ ਸਿਖਾਉਂਦੀਆਂ ਨੇ, ਜਾਂ ਸਾਡੇ ਸਿਧਾਂਤ, ਸਾਡੀ ਵਿਚਾਰਧਾਰਾ, ਸਾਡੇ ਗੁਰੂਆਂ ਦੇ ਦੱਸੇ ਹੋਏ ਫਲਸਫੇ, ਉਹ ਸਿਧਾਂਤ ਸਾਨੂੰ ਇਹ ਸਿਖਾਉਂਦੇ ਨੇ ਵੀ ਡੋਲਣਾ ਨਹੀਂ। ਉਹ ਇਹ ਫਿਲਮ 'ਚ ਵੀ ਦੱਸਿਆ ਗਿਆ ਅਤੇ ਆਪਾਂ ਜ਼ਿੰਦਗੀ 'ਚ ਵੀ ਦੇਖਦੇ ਹਾਂ ਵੀ ਹਰ ਰਾਤ ਬਾਅਦ ਦਿਨ ਆਉਂਦਾ ਅਤੇ ਦੁੱਖ ਬਾਅਦ ਸੁੱਖ ਆਉਂਦਾ, ਸੋ ਇਹੀ ਹੁੰਦਾ, ਜ਼ਿੰਦਗੀ ਦੁੱਖਾਂ ਸੁੱਖਾਂ ਦਾ ਸੁਮੇਲ ਆ, ਚੱਲਦੀ ਰਹਿੰਦੀ ਆ। ਸੋ ਇਸ ਕਰਕੇ ਸਾਨੂੰ ਬਿਲਕੁਲ ਨਹੀਂ ਡੋਲਣਾ ਚਾਹੀਦਾ, ਜ਼ਿੰਦਗੀ 'ਚ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਆ, ਜੇ ਜ਼ਿੰਦਗੀ 'ਚ ਕਹਿੰਦੇ ਸੁੱਖ ਹੀ ਹੋਣਗੇ ਫਿਰ ਵੀ ਜ਼ਿੰਦਗੀ ਬੋਰ ਹੋ ਜਾਂਦੀ ਹੈ। ਸੋ ਜਿਹੜਾ ਬੰਦਾ ਦੁੱਖਾਂ ਨੂੰ ਕੱਟ ਕੇ ਜ਼ਿੰਦਗੀ 'ਚ ਜਿਉਣਾ ਸਿੱਖਦਾ, ਉਹ ਬੰਦਾ ਫਿਰ ਮੰਜ਼ਿਲਾਂ ਵੀ ਹਾਸਲ ਕਰਦਾ। ਜਿਹੜੇ ਬੰਦਿਆਂ ਨੇ ਕਦੇ ਦੁੱਖ ਦੇਖੇ ਨਹੀਂ, ਤਕਲੀਫ ਦੇਖੇ ਨਹੀਂ, ਉਹ ਫਿਰ ਜਿਹੋ ਜਿਹੇ ਆਏ, ਜਿਹੋ ਜਿਹੇ ਨਾ ਆਏ, ਦੁਨੀਆਂ 'ਤੇ ਇੱਕ ਬਰਾਬਰ ਹੁੰਦੇ ਆ। ਸੋ ਮੈਂ ਤਾਂ ਇਹੀ ਕਹਿਣਾ ਚਾਹੁੰਦਾ, ਦੁੱਖਾਂ ਦੇ ਵੇਲੇ ਵੀ ਉਹ ਵਾਹਿਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ, ਸੁੱਖ ਵੇਲੇ ਤਾਂ ਸ਼ੁਕਰਾਨਾ ਕਰਨਾ ਚਾਹੀਦਾ। ਬਈ ਲਾਸਟ ਸਵਾਲ ਮੇਰਾ ਇਹ ਆ ਕਿ ਜਿਹੜੀ ਇਹ ਦਸਤਾਰ ਹੈ, ਇਹਦਾ ਕਿੰਨਾ ਕੁ ਸੈਲਫ ਪ੍ਰਾਊਡ ਹੈਗਾ ਆ ਵੀ ਸਾਨੂੰ ਐਂ ਲੱਗਦਾ ਕਿ ਜਿਹੜੀ ਗੁਰੂਆਂ ਦੀ ਇਹ ਦਿੱਤੀ ਦਾਤ ਹੈਗੀ ਆ, ਉਹਦੇ ਹੁਕਮ ਦੇ ਨਾਲ ਜਿਹੜੀ ਆਪਾਂ ਸਿਰ 'ਤੇ ਸਜਾਉਂਦੇ ਹਾਂ, ਹਰ ਵੇਲੇ ਸਾਨੂੰ ਇਹ ਦਸਤਾਰ ਯਾਦ ਦਿਵਾਉਂਦੀ ਹੈ ਕਿ ਅਸੀਂ ਉੱਠੀਏ, ਲੜੀਏ, ਹੱਕ ਵਾਸਤੇ ਲੜੀਏ, ਆਵਾਜ਼ ਨਾਲ ਲੜੀਏ, ਇਹ ਦਸਤਾਰ ਦਾ ਕਿੰਨਾ ਕੁ ਤੁਹਾਨੂੰ ਸਾਡਾ ਰੋਲ ਹੈ? ਬਾਬਾ ਜੀ ਸਾਡੀ ਕਿਰਦਾਰ ਦਿਖਾਉਂਦੀ ਹੈ ਨਾ, ਸਾਡੇ ਇਤਿਹਾਸ ਦਿਖਾਉਂਦੀ ਹੈ,
ਇਹ ਸਾਨੂੰ ਲੜਨਾ ਸਿਖਾਉਂਦੀ ਆ, ਸਾਨੂੰ ਆਪਣੇ ਹੱਕਾਂ ਪਿੱਛੇ ਖੜਨਾ ਸਿਖਾਉਂਦੀ ਆ, ਸਾਨੂੰ ਮਰਨਾ, ਕਿਉਂਕਿ ਸਾਡੀ ਕੌਮ ਤਾਂ ਲੜਨ ਖੜਨ ਮਰਨ ਵਾਸਤੇ ਕੁਰਬਾਨੀਆਂ ਦੇਣ ਵਾਸਤੇ ਬਣੀ ਹੋਈ ਆ। ਇਹ ਸਾਨੂੰ ਦੂਜਿਆਂ ਲਈ ਜਿਉਣਾ ਸਿਖਾਉਂਦੀ ਆ, ਹੈ ਨਾ, ਕਿ ਦੂਜਿਆਂ ਲਈ ਕਿਵੇਂ ਜੀਦਾ, ਨਾਲ ਆਪਣੇ ਲਈ ਤਾਂ ਹਰ ਇੱਕ ਜਿਉਂਦਾ, ਇਹ ਸਾਨੂੰ ਦੂਜਿਆਂ ਦੇ ਭਲੇ ਵਾਸਤੇ, ਸਰਬ ਦੇ ਭਲੇ ਵਾਸਤੇ ਜਿਉਣਾ ਸਿਖਾਉਂਦੀ ਆ, ਅਤੇ ਸਾਡੇ ਸਿਰਾਂ 'ਤੇ ਹਮੇਸ਼ਾ ਸਜੀ ਰਹੇ। ਅਤੇ ਅਸੀਂ ਤਾਂ ਨਤਮਸਤਕ ਹੁੰਦੇ ਆਪਣੇ ਗੁਰੂਆਂ ਅੱਗੇ ਵੀ, ਜਿਨ੍ਹਾਂ ਨੇ ਸਾਨੂੰ ਐਡੇ ਵੱਡੇ ਕਰਤਾਰ ਦਿੱਤੇ, ਐਡੇ ਇਤਿਹਾਸ ਦਿੱਤੇ, ਅਤੇ ਅਸੀਂ ਉਹਨਾਂ ਦੀ ਬਦੌਲਤ ਅਸੀਂ ਵਿਚਰਦੇ ਹਾਂ ਸਮਾਜ ਦੇ ਅੰਦਰ ਰੱਖਣੇ। ਬਿਲਕੁਲ, ਜੇ ਸਿਰ 'ਤੇ ਆ ਨਾ, ਫਿਰ ਇਹਦਾ ਮਾਣ ਵੀ ਅਸੀਂ ਉਵੇਂ ਹੀ ਰੱਖਣਾ, ਉਹ ਕਿਰਦਾਰ ਵੀ ਅਸੀਂ ਉਵੇਂ ਹੀ ਜਾਉਣਾ, ਜਿਹੜਾ ਕਿਰਦਾਰ ਇਹ ਦਸਤਾਰਾਂ ਵਾਲੇ ਜਾਉਂਦੇ ਰਹੇ। ਬਸ ਇਹੀ ਮੇਰਾ ਸੁਨੇਹਾ। ਥੈਂਕ ਯੂ ਬਾਈ।